ਸ਼ਿਕਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਮੋਡੀਫਾਈਡ ਕਲੱਬ 'ਚ ਮੈਂ ਗਗਨ ਅਤੇ ਮੇਰਾ ਭਰਾ ਹਰਮਨ ਮੇਰੇ ਨਾਲ ਅੱਜ ਸਤਿ ਸ਼੍ਰੀ ਅਕਾਲ ਅਤੇ ਯਾਰ ਬਹੁਤ ਹੀ ਯੂਨੀਕ ਜਿਹਾ ਸ਼ੂਟ ਅੱਜ ਫਿਰ ਇੱਕ ਵਾਰ ਤੁਹਾਡੇ ਲਈ ਸਾਰਿਆਂ ਲਈ ਬਹੁਤ ਹੀ ਵਧੀਆ ਸ਼ੂਟ ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਥੰਬਨੇਲ ਤੁਸੀਂ ਦੇਖ ਲਿਆ ਹੋਣਾ ਅਤੇ ਤੁਹਾਨੂੰ ਪਤਾ ਲੱਗ ਗਿਆ ਕਿ ਅੱਜ ਲੈ ਕੇ ਆਏ ਤੁਹਾਡੇ ਲਈ ਅਲਟੋ ਦਾ ਸ਼ੂਟ ਬਹੁਤ ਹੀ ਵਧੀਆ ਸ਼ੂਟ ਜਿਹਦੇ 'ਚ ਇੰਨਾ ਹੈਵੀ ਸਾਊਂਡ ਸਿਸਟਮ ਲੱਗਿਆ ਨਾ ਅਤੇ ਮਜ਼ਾ ਆਉਣ ਵਾਲਾ ਦੋ ਲੱਗੇ ਆ ਚਲੋ ਦੋ ਬਾਅਦ 'ਚ ਦਿਖਾਉਂਦੇ ਹੀ ਆ ਸਿੱਧਾ ਵੀਡੀਓ ਦੇ ਵਿੱਚ ਬਹੁਤ ਹੀ ਘੈਂਟ ਵਾਲਾ ਟ੍ਰੇਲਰ ਤੁਸੀਂ ਦੇਖ ਸਕੋ ਤੁਹਾਨੂੰ ਪਤਾ ਲੱਗਿਆ ਹੋਏਗਾ ਅਲੋਏ ਟਾਇਰ ਅਪਡੇਟ ਹੈ DSP ਵੀ ਲੱਗਾ ਜਿਹਦੇ ਨਾਲ ਸਰਾਊਂਡਿਡ ਸਾਊਂਡ ਡਿਜੀਟਲ ਸਾਊਂਡ ਪ੍ਰੋਸੈਸਰ ਜਿਹਨੂੰ ਕਿਹਾ ਜਾਂਦਾ ਉਹ ਵੀ ਲੱਗਾ ਅਤੇ ਹੈੱਡਲਾਈਟਸ ਵੀ ਬਹੁਤ ਵਧੀਆ ਕੰਮ ਹੋ ਰੱਖਿਆ ਅਤੇ ਸਾਰੀ ਡਿਟੇਲ 'ਚ ਗੱਲ ਕਰਦੇ ਹਾਂ ਓਵਰਆਲ ਫੁੱਲੀ ਮੋਡੀਫਾਈਡ ਅਲਟੋ ਤੁਹਾਡੇ ਲਈ ਅੱਜ ਪੇਸ਼ ਹੈ ਅਤੇ ਆਓ ਚੱਲਦੇ ਹਾਂ ਕਰਦੇ ਹਾਂ ਗੱਲਬਾਤ ਭਾਜੀ ਦੇ ਨਾਲ ਵੀਰ ਮੇਰਾ ਮੇਰੇ ਨਾਲ ਹੈ ਜਿਹਦੀ ਅਲਟੋ ਹੈ ਜਿਹਦੀ ਆਪਾਂ ਗੱਲਬਾਤ ਕਰ ਰਹੇ ਸੀ ਬਹੁਤ ਸੋਹਣੀ ਤਿਆਰ ਹੈ ਅਤੇ ਵੀਰ ਆਪਣਾ ਨਾਮ ਮੇਰਾ ਨਾਮ ਭਾਈ ਕੁਲਦੀਪ ਸਿੰਘ ਅਰਬਨ ਸਟੇਟ ਭਾਈ ਬਿਲੋਂਗ ਕਰਦਾ ਹਾਂ ਕੁਲਦੀਪ ਸਿੰਘ ਅਰਬਨ ਸਟੇਟ ਫਗਵਾੜਾ ਤੋਂ ਵੀਰਾ ਮੇਰਾ ਬਿਲੋਂਗ ਕਰਦਾ ਅਤੇ ਗੱਡੀ ਦੇ ਜੋ ਵੀਰਾਂ ਨੇ ਰੀਝ ਲਈ ਹੈ ਨਾ ਮਜ਼ਾ ਆਉਣ ਵਾਲਾ ਅੱਜ ਫਰੰਟ ਸਾਈਡ ਨਹੀਂ ਕੁਛ ਨਹੀਂ ਸਭ ਤੋਂ ਪਹਿਲੇ ਚੱਲਦੇ ਹਾਂ ਬੈਕ ਸਾਈਡ 'ਤੇ ਕਿਉਂਕਿ ਯਾਰ ਅੱਜ ਜੋ ਧਮਾਕਾ ਹੈ ਨਾ ਵੀਰ ਮੇਰੇ ਨੇ ਲਗਾ ਰੱਖਿਆ ਮਜ਼ੇਦਾਰ ਡਿੱਗੀ ਚੱਕ ਰੱਖੀ ਆਪਾਂ ਪਹਿਲਾਂ ਹੀ ਅਤੇ ਯਾਰ ਸਭ ਤੋਂ ਪਹਿਲੇ ਗੱਲ ਕਰਾਂਗੇ ਅੱਜ ਮਿਊਜ਼ਿਕ ਸਿਸਟਮ ਦੀ ਜਿਹਦੇ ਤੁਸੀਂ ਸਭ ਤੋਂ ਪਹਿਲੇ ਦੇਖ ਸਕਦੇ ਹੋ ਚਾਰ ਲੱਗੇ ਨੇ ਓਵਲ ਰੌਕਫੋਰਡ ਦੇ ਹਾਂਜੀ ਹਾਂਜੀ ਭਾਜੀ ਅਤੇ ਦੋ ਲੱਗੇ ਨੇ P2 ਅਤੇ ਯਾਰ ਇੱਕ ਛੋਟੀ ਦੀ ਗੱਡੀ ਦੇ ਵਿੱਚ ਨਾ ਇੱਕ P2 ਵੀ ਬੰਬ ਹੁੰਦਾ ਹੈ ਇੱਕ P2 ਵੀ ਬੰਬ ਹੁੰਦਾ ਅਤੇ ਇਹਦੇ 'ਚ ਲੱਗੇ ਨੇ ਦੋ P2 ਬਹੁਤ ਹੀ ਮਜ਼ੇਦਾਰ ਐਡਾ ਵਧੀਆ ਮਿਊਜ਼ਿਕ ਚੱਲਣ ਵਾਲਾ ਨਾ ਜਦੋਂ ਤੁਸੀਂ ਸੁਣੋਗੇ ਨਾ NCS ਦਾ ਮਿਊਜ਼ਿਕ ਇੱਥੇ ਅਤੇ ਪੰਜਾਬੀ ਗਾਣਾ ਸੁਣਨ ਨੂੰ ਮਿਲੇਗਾ ਤੁਹਾਨੂੰ ਇੰਸਟਾਗ੍ਰਾਮ ID 'ਤੇ ਮੋਡੀਫਾਈਡ ਅੰਡਰਸਕੋਰ ਕਲੱਬ 2020 'ਤੇ ਵੀਰੇ ਮਜ਼ੇਦਾਰ ਬੰਬ ਵੱਜਦਾ ਵਾਕਿਆ ਜਦੋਂ ਵੱਜਦਾ ਮਿਊਜ਼ਿਕ ਦੇਖਦੇ ਸਾਰੇ ਕਿਉਂਕਿ ਯਾਰ ਲੱਗਾ ਹੀ ਇੰਨਾ ਹੈਵੀ ਹੈ ਔਰ ਬਹੁਤ ਵਧੀਆ ਇਹ ਸਾਰਾ ਕੰਮ ਕਿੱਥੋਂ ਹੋਇਆ ਇਹ ਭਾਅ ਜੀ ਆਪਣਾ ਭਰਾ ਸੋਨੂੰ ਹੈਗਾ ਮਾਡਲ ਟਾਊਨ ਕਸਟਮ ਗਰੇਜ ਦੁਕਾਨ ਭਾਅ ਜੀ ਦੀ ਆਪਣੇ ਦੀ ਆਪਣਾ ਵੱਡਾ ਭਰਾ ਹੀ ਆ ਤੇ ਪਰ ਬਹੁਤ ਬਹੁਤ ਹੀ ਵਧੀਆ ਯੂਨੀਕ ਕੰਮ ਕੀਤਾ ਤੁਸੀਂ ਇਹਦੇ 'ਚ ਬੜੇ ਸੋਹਣੇ ਤੇ ਭਾਅ ਜੀ ਮੈਂ ਕਰਾਂਗਾ ਕਿ ਗੱਡੀ ਡੈਂਪ ਕਰਵਾਈ ਆਪਾਂ ਹਾਂਜੀ ਹਾਂਜੀ ਡੈਂਪ ਹੋਈ ਫੁੱਲੀ ਗੱਡੀ ਡੈਂਪ ਹੈ ਸਾਰੀ ਇਹ ਤਾਕੀਆਂ ਆਪਣੀਆਂ ਡੋਰ ਤੇ ਡਿੱਗੀ ਡੋਰ ਤੇ ਡਿੱਗੀ ਡੈਂਪ ਹੈ ਕਿਉਂਕਿ ਯਾਰ ਇੰਨਾ ਹੈਵੀ ਸਾਊਂਡ ਸਿਸਟਮ ਲੱਗਾ ਤੇ ਇਹ ਡੈਂਪ ਹੋਣਾ ਜ਼ਰੂਰੀ ਸੀਗਾ ਤੇ ਡੋਰ 'ਚ ਵੀ ਕੁਝ ਲਗਵਾਇਆ ਆਪਾਂ ਬਹੁਤ ਵਧੀਆ ਤੇ ਪਾਇਨੀਅਰ ਦਾ ਹੈਡ ਯੂਨਿਟ ਮੇਰਾ ਵੀਰ ਯੂਜ਼ ਕਰ ਰਿਹਾ ਤੇ DSP ਲੱਗਾ DSP ਕਿਹੜਾ ਵੀਰੇ 7600 DSP ਲੱਗਾ ਤੇ ਯਾਰ ਜਿਹੜੇ ਭਾਜੀ ਉਹਦੀ ਕੰਪੋਨੈਂਟ ਲੱਗੇ ਨੇ ਇਹਨਾਂ ਦੇ ਟਿਊਟਰ ਕਿਹਦੀ ਕਿੱਥੇ ਲਗਾਏ ਗਏ ਆ ਇਹ ਟਿਊਟਰ ਭਾਜੀ ਇਹਦੇ ਵਿੱਚ ਹੀ ਹੁੰਦੇ ਆ ਉਹ ਮੋਰੇ ਇਹ ਕੋਐਕਸਲ ਨੇ ਵੀਰੇ ਇਹ ਕੰਪੋਨੈਂਟ ਨਹੀਂ ਆ ਇਹਨਾਂ ਨੂੰ ਕੋਐਕਸਲ ਕਿਹਾ ਜਾਂਦਾ ਇਹ ਕੰਪੋਨੈਂਟ ਨਹੀਂ ਆ ਜਿਨ੍ਹਾਂ ਦੇ ਟਿਊਟਰ ਨਾਲ ਹੀ ਹੁੰਦੇ ਨੇ ਕਿਉਂਕਿ ਕੰਪੋਨੈਂਟ ਦੇ ਜਿਹੜੇ ਟਿਊਟਰ ਹੁੰਦੇ ਨੇ ਨਾ ਇਹਨਾਂ ਦੀ ਡਿਟੇਲ ਦੇ ਵਿੱਚ ਸਾਡੇ ਇੱਕ ਅਲੱਗ ਵੀਡੀਓ ਹੈ ਜਿਨ੍ਹਾਂ ਦੇ ਕੰਪੋਨੈਂਟ ਦੇ ਨਾਲ ਟਿਊਟਰ ਅਲੱਗ ਤੋਂ ਹੁੰਦੇ ਆ ਇਹ ਹੈਗੇ ਰੌਕਫੋਰਡ ਦੇ ਕੋਐਕਸਲ ਚਾਰ ਲੱਗੇ ਨੇ ਪਿੱਛੇ ਓਵਲ ਤੇ ਦੋ ਲੱਗੇ ਨੇ P2X ਇੱਕ ਯਾਮਾਹਾ ਦਾ ਸੈਂਟਰ ਸਪੀਕਰ ਤੇ ਦੋ ਲੱਗੇ ਨੇ TS20 ਪਾਇਨੀਅਰ ਦੇ ਇੱਕ ਹੈੱਡ ਯੂਨਿਟ ਲੱਗਾ ਪਾਇਨੀਅਰ ਦਾ ਜਿਹਦੇ ਤੋਂ ਸਾਰਾ ਸਿਸਟਮ ਰਨ ਹੋ ਰਿਹਾ ਉਸ ਤੋਂ ਬਾਅਦ DSP 7600 ਵੀ ਮੈਂ ਤੁਹਾਨੂੰ ਦਿਖਾ ਦਿੱਤਾ ਇਹ ਸਾਰਾ ਇੰਨਾ ਹੈਵੀ ਸਾਊਂਡ ਸਿਸਟਮ ਜਿੱਥੇ ਰਨ ਹੋ ਰਿਹਾ ਉਹਦੇ ਐਂਪ ਕਿੰਨੇ ਯੂਜ਼ ਕੀਤੇ ਗਏ ਜੀ ਦੋ ਇੱਕ ਮੋਨੋ ਕੀਤਾ ਤੇ ਇੱਕ ਭਾਜੀ ਕੀਤਾ ਆਪਾਂ ਸਾਊਂਡ ਬੈਰੀਅਰ ਦਾ ਫੋਰ ਚੈਨਲ ਤੇ ਟੋਰਪੈਡੋ ਦਾ ਮੋਨੋ ਟੋਰਪੈਡੋ ਦਾ ਤੇ ਸਾਊਂਡ ਬੈਰੀਅਰ ਦਾ ਲੱਗਾ ਫੋਰ ਚੈਨਲ ਇੱਥੇ ਹੀ ਸਾਰਾ ਸਿਸਟਮ ਰਨ ਹੋ ਰਿਹਾ ਇਹ ਅੱਜ ਸੀਗੀ ਸਾਰੀ 뮤직 ਦੀ ਅਪਡੇਟ ਇਸ ਤੋਂ ਬਾਅਦ ਹੁਣ ਗੱਲ ਸਟਾਰਟ ਕਰਦੇ ਆ ਜਿਹੜੀ ਗੱਲ ਆਉਂਦੀ ਹੈ ਮੇਨ ਆਊਟਲੁੱਕ ਦੀ ਆਊਟਲੁੱਕ ਸਟਾਰਟ ਹੁੰਦੀ ਹੈ ਯਾਰ ਅਲਾਈਵਲ ਵੀਰ ਮੇਰੇ ਨੇ ਪਵਾ ਰੱਖੇ ਨੇ 14 ਇੰਚ ਹਾਂਜੀ 14 ਇੰਚ ਦਾ ਸਾਈਜ਼ ਦੀ ਪ੍ਰੋਫਾਈਲ ਰੱਖੀ ਹੈ ਮੇਰੇ ਵੀਰ ਨੇ 155/65R14 ਸੀਟ ਕੰਪਨੀ ਦਾ ਟਾਇਰ ਲਗਾਇਆ ਲੈਂਜੋ ਕੰਪਨੀ ਦੇ ਅਲੋਏ ਲਗਾਏ ਨੇ ਬਹੁਤ ਵਧੀਆ ਲੁੱਕ ਦੇ ਰਹੇ ਆ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਸਾਈਜ਼ ਚੈੱਕ ਕਰ ਸਕਦੇ ਹੋ ਪ੍ਰੋਫਾਈਲ ਮੇਰੇ ਵੀਰ ਨੇ ਚੰਗੀ ਤਰ੍ਹਾਂ ਤੁਹਾਨੂੰ ਚੈੱਕ ਕਰਵਾ ਦਿੱਤੀ ਇੱਕ ਵਾਰ ਮੈਂ ਟਾਕੀ ਬੰਦ ਕਰਨਾ ਤੇ ਥੋੜਾ ਜਿਹਾ ਵੀਰ ਮੇਰੇ ਨੂੰ ਕਹੂੰਗਾ ਕੈਮਰਾ ਸਾਈਡ ਤੇ ਜਾ ਕੇ ਪੂਰੀ ਸਾਈਡ ਪ੍ਰੋਫਾਈਲ ਗੱਡੀ ਦੀ ਪਿਕ ਦਿਖਾਏਗਾ ਮੈਂ ਸਾਈਡ ਤੇ ਹਟਦਾ ਤੇ ਗੱਡੀ ਤੁਸੀਂ ਦੂਰੋਂ ਦੇਖ ਸਕਦੇ ਹੋ ਤੇ ਲੁੱਕ ਕਿੱਦਾਂ ਦੀ ਲੱਗ ਰਹੀ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਮੈਨੂੰ ਇਸ ਤੋਂ ਬਾਅਦ ਮੈਂ ਗੱਲ ਕਰਦਾ ਫਰੰਟ ਸਾਈਡ ਦੇ ਉੱਤੇ ਕਿਉਂਕਿ ਫਰੰਟ ਸਾਈਡ ਤੋਂ ਕਿਹਾ ਮੇਰੇ ਵੀਰ ਨੇ ਕੰਮ ਕਰਾਇਆ ਵੀਰੇ ਇੱਕ ਵਾਰੀ ਆਪਾਂ ਹੈੱਡਲਾਈਟਸ ਔਨ ਕਰੀਏ ਕਿਉਂਕਿ ਹੈੱਡਲਾਈਟਸ ਜੋ ਕੰਮ ਹੈ ਨਾ
ਤੇ ਉਹ ਮੈਂ ਤੁਹਾਨੂੰ ਲਾਈਟਾਂ ਆਨ ਕਰਨ ਤੋਂ ਪਹਿਲੇ ਮੈਂ ਪੁੱਛਣਾ ਚਾਹੂੰਗਾ ਕਿ ਫਰੰਟ ਸਾਈਡ ਦੇ ਜਿਹੜੀਆਂ ਹੈਡਲੈਂਪਸ ਦੇ ਵਿੱਚ ਆਪਣੇ ਐਚਡੀ ਲੱਗੀਆਂ ਨੇ ਕਿਹੜੀ ਕੰਪਨੀ ਦੀਆਂ ਲੱਗੀਆਂ ਐਮਟੀਐਕਸ ਦੀਆਂ ਐਮਟੀਐਕਸ ਦੀਆਂ ਐਚਡੀ ਲੱਗੀਆਂ ਨੇ ਤੇ ਜਿਹੜੇ ਆਪਾਂ ਫੋਗ ਲੈਂਪ ਦੇ ਵਿੱਚ ਉਹ ਵੀ ਵਾਈਟ ਹੈ ਉਹਦੇ ਚ ਐਲਈਡੀ ਲਗਵਾਈ ਹੈ ਹਾਂਜੀ ਟੀਵੀਐਸ ਦੀ ਐਲਈਡੀ ਲੱਗੀ ਉਹਦੇ ਚ ਐਲਈਡੀ ਲੱਗੀ ਹੈ ਆਪਾਂ ਇੱਕ ਵਾਰੀ ਕਰਦੇ ਹਾਂ ਔਨ ਔਨ ਜਿੱਦਾਂ ਹੀ ਕਰਦੇ ਹਾਂ ਮੈਂ ਆਪਣੇ ਵੀਰ ਨੂੰ ਕਹੂੰਗਾ ਕੈਮਰਾ ਸਿਰਫ ਹੈਡਲਾਈਟ ਤੇ ਰੱਖਣਗੇ ਕਿਉਂਕਿ ਜਿਹੜੇ ਰਨਿੰਗ ਮੈਟ੍ਰਿਕਸ ਲਾਈਟ ਵੀਰ ਨੇ ਇੱਥੇ ਲਗਵਾਈਆਂ ਨੇ ਨਾ ਇਹ ਬਹੁਤ ਵਧੀਆ ਲੱਗਦੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਔਨ ਹੁੰਦੀਆਂ ਨੇ ਤੇ ਇੱਕ ਵਾਰੀ ਲਾਈਟਾਂ ਫੁੱਲ ਔਨ ਕਰੀਏ ਆਪਾਂ ਤੇ ਇੱਕ ਵਾਰੀ ਮੈਂ ਵੀਰ ਨੂੰ ਕਹੂੰਗਾ ਕੈਮਰਾ ਥੋੜਾ ਜਿਹਾ ਇੱਧਰ ਦਿਖਾਣਗੇ ਤੇ ਤੁਹਾਨੂੰ ਵਿਜ਼ਨ ਦਿਖਾਣਗੇ ਕਿ ਕਿੰਨਾ ਕਲੀਅਰ ਹੈ ਕਿੰਨੀ ਬ੍ਰਾਈਟ ਨੇ ਕਿਉਂਕਿ ਐਚਡੀ ਹੌਲੀ ਹੌਲੀ ਗਰਮ ਹੋ ਕੇ ਜਿੱਦਾਂ ਜਿੱਦਾਂ ਉਦਾਂ ਦਾ ਵਾਈਟ ਆਪਣੀ ਬ੍ਰਾਈਟਨੈਸ ਵਧਾਣਗੀਆਂ ਬਹੁਤ ਵਧੀਆ ਰਿਵਿਊ ਮੈਨੂੰ ਨਜ਼ਰ ਆ ਰਿਹਾ ਐਮਟੀਐਕਸ ਦਾ ਬਹੁਤ ਅੱਛਾ ਤੇ ਯਾਰ ਇਸ ਤੋਂ ਬਾਅਦ ਮੈਂ ਕਹੂੰਗਾ ਵੀਰ ਨੂੰ ਚਾਰੋਂ ਇੰਡੀਕੇਟਰ ਔਨ ਕਰਨ ਲਈ ਇਹ ਤੁਸੀਂ ਦੇਖ ਸਕਦੇ ਹੋ ਜਦੋਂ ਚਾਰੋਂ ਇੰਡੀਕੇਟਰ ਔਨ ਕਰਦੇ ਆ ਤੇ ਜਿਹੜੀ ਹੈ ਡੀਆਰਐਲ ਜਿਹੜੀਆਂ ਸਾਈਡ ਤੇ ਰਨਿੰਗ ਮੈਟ੍ਰਿਕਸ ਲਾਈਟ ਜਿਹੜੀਆਂ ਟਾਇਰ ਲਾਈਟਸ ਵੀ ਇਹਦੇ ਵਿੱਚ ਵੀ ਆ ਲਾਈਟਸ ਲੱਗਦੀਆਂ ਨੇ ਉਹ ਲਾਈਟਾਂ ਵੀਰੇ ਨੇ ਇੱਥੇ ਅਪਡੇਟ ਕਰਾਈਆਂ ਨੇ ਜਿਹੜੀਆਂ ਮੈਟ੍ਰਿਕਸ ਦੇ ਵਿੱਚ ਰਨ ਹੁੰਦੀਆਂ ਨੇ ਬਹੁਤ ਹੀ ਵਧੀਆ ਤੁਸੀਂ ਲੁੱਕ ਦੇਖ ਰਹੇ ਹੋ ਚਾਰੋਂ ਇੰਡੀਕੇਟਰ ਦੇ ਨਾਲ ਰਨ ਹੁੰਦੀਆਂ ਨਜ਼ਰ ਆ ਰਹੀਆਂ ਹੋਣੀਆਂ ਤੁਹਾਨੂੰ ਇਹ ਸੀਗੀ ਸਾਰੀ ਫਰੰਟ ਸਾਈਡ ਦੇ ਉੱਤੋਂ ਅਪਡੇਟ ਇੱਕ ਵੀਰੇ ਮੈਂ ਸਾਈਡ ਮਿਰਰ ਤੇ ਦੇਖ ਰਿਹਾ ਤੁਸੀਂ ਉੱਪਰ ਛੋਟਾ ਮਿਰਰ ਵੀ ਲਗਾ ਰੱਖਿਆ ਇਹ ਸ਼ੋਅ ਨਹੀਂ ਭਾਈ ਬਹੁਤ ਵਧੀਆ ਯਾਰ ਤੇ ਇੱਕ ਵਾਰੀ ਇੰਟੀਰੀਅਰ ਵਾਲੇ ਪਾਸੇ ਚੱਲਦੇ ਹਾਂ ਆਪਾਂ ਵੀਰੇ ਨੇ ਸੀਟ ਕਵਰ ਬੜੇ ਅੱਛੀ ਕੁਆਲਿਟੀ ਦੇ ਅਪਡੇਟ ਕਰਾਏ ਨੇ ਬਹੁਤ ਵਧੀਆ ਸੀਟ ਕਵਰ ਨੇ ਤੇ ਆਰਮ ਰੈਸਟ ਵਾਸਤੇ ਵੀ ਵੀਰੇ ਨੇ ਲਗਵਾਇਆ ਬਹੁਤ ਵਧੀਆ ਲੱਗ ਰਿਹਾ ਤੇ ਫਿਟਿੰਗ ਜਿਹੜੀ ਹੈ 00 ਹੈ ਬਿਲਕੁਲ ਬਹੁਤ ਹੀ ਅੱਛੀ ਫਿਟਿੰਗ ਮੈਨੂੰ ਨਜ਼ਰ ਆ ਰਹੀ ਹੈ ਇੱਕ ਵਾਰੀ ਮੈਂ ਬੈਕ ਸਾਈਡ ਤੇ ਵੀ ਕਹੂੰਗਾ ਸੀਟ ਕਵਰ ਦਿਖਾਣਗੇ ਵੀਰਾ ਮੇਰਾ ਤੇ ਬਹੁਤ ਹੀ ਵਧੀਆ ਕੁਆਲਿਟੀ ਦੇ 00 ਫਿਟਿੰਗ ਦੇ ਵਿੱਚ ਬੜੀ ਹੀ ਅੱਛਾ ਲੈਦਰ ਮੈਨੂੰ ਲੱਗ ਰਿਹਾ ਹੈ ਤੇ ਬਹੁਤ ਅੱਛੀ ਕੁਆਲਿਟੀ ਲੱਗ ਰਹੀ ਹੈ ਤੇ ਵੀਰ ਆਪਾਂ ਇੱਕ ਛੋਟੀ ਜੀ ਗੱਲ ਕਰੀਏ ਹੁਣ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਆਪਾਂ ਖਰਚਾ ਸਾਰਾ ਜਿਹੜਾ ਵੀ ਵੀਰੇ ਕੋ ਪੁੱਛਣਾ ਨਾ ਐਂਡ ਤੇ ਪੁੱਛਣਾ ਕਿ ਕਿਹੜੀ ਚੀਜ਼ ਤੇ ਕਿੰਨੇ ਪੈਸੇ ਲੱਗੇ ਹੁਣ ਸੁਣਦੇ ਐਨ ਸੀ ਐਸ ਦਾ ਮਿਊਜ਼ਿਕ ਤੇ ਆਓ ਇੰਜੋਏ ਕਰੀਏ ਐਨ ਸੀ ਐਸ ਦਾ ਮਿਊਜ਼ਿਕ ਤੇ ਪੰਜਾਬੀ ਗਾਣਾ ਸਾਡੀ ਇੰਸਟਾਗ੍ਰਾਮ ਆਈਡੀ ਤੇ ਮੋਡੀਫਾਈਡ ਅੰਡਰਸਕੋਰ ਕਲੱਬ 2020 ਤੇ ਜਾ ਕੇ ਸੁਣਨਾ ਨਾ ਭੁੱਲਣਾ ਮਿਊਜ਼ਿਕ ਸੁਣਨ ਵਾਲਾ ਬਹੁਤ ਹੀ ਬੰਬ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਧਮਾਕਾ ਵੱਜ ਰਿਹਾ ਅੱਜ ਤੇ ਸਾਰਾ ਰੇਟ ਪੁੱਛਣਾ ਬਹੁਤ ਜ਼ਰੂਰੀ ਹੈ ਵੀਡੀਓ ਮੇਰੇ ਵੱਜਦਾ ਸੀਗਾ ਮਿਊਜ਼ਿਕ ਯਾਰ ਮਜ਼ੇਦਾਰ ਅਲਟੋ 'ਚ 2P2 ਵੱਜਨੇ ਯਾਰ ਸੱਚੀ 'ਚ ਬਾਈ ਗੋਡ ਬਹੁਤ ਘੈਂਟ ਹਰਮਨ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਔਸਮ ਮੈਂ ਤਾਂ ਪੀ2 ਦਾ ਫੈਨ ਹੋ ਗਿਆ ਹੈਗਾ ਮੈਂ ਪਹਿਲੇ ਇੱਕ ਦੋ ਵਾਰੀ ਪਹਿਲੇ ਸੁਣਿਆ ਤੇ ਹੁਣ ਜੋ ਭਾਜੀ ਨੇ ਕੰਮ ਕਰਵਾਇਆ ਨਾ ਲਿਟਰਲੀ ਬਹੁਤ ਘੈਂਟ ਭਾਜੀ ਸੀਰੀਅਸਲੀ ਯਾਰ ਰੋਕਫੋਰਡ ਪੀ2 ਦਾ ਕੋਈ ਮੁਕਾਬਲਾ ਨਹੀਂ ਹੈ ਜੇ ਤੁਸੀਂ ਕਰੋ ਨਾ ਚੈਂਪੀਅਨ ਸੀਰੀਜ਼ ਦੀ ਗੱਲ ਕਰੋ ਪਾਇਨੀਅਰ ਡਬਲ ਕੋਇਲ ਉਹ ਵੀ ਇੱਕ ਆਪਣੇ ਐਂਡ ਤੇ ਆਪਣੇ ਠੀਕ ਹੈ ਬਟ ਪੀ2 ਨਾਲੋਂ ਯਾਰ ਪੀ2 ਮਤਲਬ ਪੀ2 ਹੀ ਹੈ ਬਹੁਤ ਵਧੀਆ ਵੱਜੇ ਯਾਰ ਉਸ ਤੋਂ ਬਾਅਦ DSP ਜੋ ਦਾ ਸਾਊਂਡ ਸਰਾਊਂਡਡ ਸਾਊਂਡ ਬਣਾਉਂਦੇ ਆ ਯਾਰ ਉਹਦੇ ਇੱਕ ਅਲੱਗ ਨਸ਼ਾ ਬਹੁਤ ਹੀ ਮਜ਼ੇਦਾਰ ਤੇ ਹੁਣ ਜਿਹੜਾ ਆਪਾਂ ਪ੍ਰੋਮਿਸ ਕੀਤਾ ਸੀ ਤੁਹਾਡੇ ਨਾਲ ਵੀਡੀਓ ਐਂਡ ਤੱਕ ਤੁਹਾਨੂੰ ਦੇਖਣ ਲਈ ਰੁਕਿਆ ਹੋਇਆ ਉਹ ਅਸੀਂ ਗੱਲ ਕਰਦੇ ਹਾਂ ਵੀਰ ਮੇਰੇ ਨਾਲ ਵੀਰੇ ਆਪਾਂ ਕੱਲੀ ਕੱਲੀ ਚੀਜ਼ ਦਾ ਪ੍ਰਾਈਸ ਦੱਸਿਆ ਪਹਿਲੇ ਅਲੋਏ ਟਾਇਰ ਕਿੰਨੇ ਰਿਹਾ ਹੈ ਅਲੋਏ ਭਾਈ ਆਪਾਂ ਖਾਲਸਾ ਟਾਇਰ ਵਾਲੇ ਤੋਂ ਪਾਏ ਸੀ ਜਲੰਧਰ ਤੋਂ ਤੇ ਉਹ 35,000 ਰੁਪਏ ਬਣਾ ਦਿੱਤਾ ਸੀ 35,000 ਰੁਪਏ ਤੇ ਵੀਰ ਦੀ ਫਰੰਟ ਲਾਈਟਸ ਜਿਹੜੀਆਂ ਆਪਾਂ ਐਚਡੀ ਲਵਾਈਆਂ ਨੇ ਉੱਪਰ ਡੀਆਰਐਲ ਜਿਹੜੇ ਚੱਲਦੇ ਲਗਾਏ ਆ ਤੇ ਫੋਗ ਲੈਂਪ ਦੇ ਵਿੱਚ ਜਿਹੜੀ ਆਪਾਂ ਐਲਈਡੀ ਲਵਾਈ ਹੈ ਤਿੰਨਾਂ ਦਾ ਕਿੰਨਾ ਖਰਚਾ ਆਇਆ ਫਰੰਟ ਸਾਈਡ ਤੋਂ ਫੋਗ ਲੈਂਪ ਭਾਈ ਆਪਾਂ ਕਸਟਮ ਕੀਤੇ ਆ ਤੇ ਆਂਦੇ ਤਾਂ ਨਹੀਂ ਵੈਸੇ ਪਿੱਛੇ ਤੇ ਆਪਾਂ ਲਵਾਇਆ ਤੇ ਫੋਗ ਲੈਂਪ ਲੈ ਕੇ ਉਹ 5,000 ਦਾ ਕਸਟਮ ਸੀ ਤੇ ਜਿਹੜੀ ਅੰਦਰ ਲੈਟਾਂ ਲਵਾਈਆਂ ਉਹ 2,500 ਦੀਆਂ ਪਈਆਂ ਸੀ ਐਲਈਡੀ ਤੇ ਜਿਹੜੀ ਹੈਡਲਾਈਟ ਦੇ ਉੱਤੇ ਵਿੱਚ ਆਪਾਂ ਐਚਡੀ ਐਚਡੀ ਭਾਜੀ ਉਹ 55 ਤੇ 100 ਵੀ ਸੀਗੀਆਂ 5,500 ਦੀਆਂ ਪਈਆਂ ਤੇ ਜਿਹੜੇ ਉੱਪਰ ਡੀਆਰ ਉਹ ਲਗਵਾਏ ਆਪਾਂ ਉਹ ਸਸਤੇ ਸੀਗੇ ਉਹ ਸੀਗੇ 450 ਦੇ ਸੀਗੇ 500 ਰੁਪਏ ਦੇ ਦੋਨੋਂ ਤੇ ਇਹ ਸੀਗਾ ਇਹਦਾ ਅਪਡੇਸ਼ਨ ਤੇ ਉਹਦਾ ਪ੍ਰਾਈਸ ਦੱਸਦੇ ਆ ਮਿਊਜ਼ਿਕ ਦਾ ਹੁਣ ਪਰ ਇਹ ਮਿਊਜ਼ਿਕ ਦੇ ਕਿੰਨੇ ਵੈਸੇ ਲੱਗੇ ਆ 1.5 ਦੇ ਲੱਗੇ ਲੱਗੇ ਗਏ 1-20 ਦੇ ਲੱਗੇ 1-20-30 ਲੱਗੇ ਆਪਣੇ ਇਹ ਨੈਚੁਰਲੀ ਗੱਲ ਹੈ ਕਿਉਂਕਿ DSP 7600 ਲੱਗਾ ਹੈ ਪਾਇਨੀਅਰ ਦਾ ਹੈਡ ਯੂਨਿਟ ਲਗਾ ਰੱਖਿਆ ਵੀਰ ਮੇਰੇ ਨੇ ਜਿਹੜਾ ਯੂਜ਼ ਕਰ ਰਿਹਾ ਤੇ
ਬੰਦਾ ਯਾਰ ਪਲੀਜ਼ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ। ਤੇ ਇੱਕ ਚੀਜ਼ ਹੋਰ ਯਾਰ, ਅਸੀਂ 100K ਤੁਹਾਡੀ ਕਿਰਪਾ ਦੇ, ਤੁਹਾਡੀ ਜਿੰਨੀ ਵੀ ਸਪੋਰਟ ਤੁਸੀਂ ਕੀਤੀ ਤੇ ਕੁੱਪਰ ਵਾਲੇ ਦੀ ਕਿਰਪਾ ਦੇ ਨਾਲ ਅਸੀਂ 100K ਹੋ ਗਏ ਹਾਂ ਯਾਰ। ਬਹੁਤ ਬਹੁਤ ਥੈਂਕਸ, ਉਹਦਾ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਸਾਡੀ ਫੈਮਿਲੀ ਯੂਟਿਊਬ ਫੈਮਿਲੀ ਐਡੀ ਵੱਡੀ ਹੋ ਜਾਂਦੀ ਹੈ। ਹਰਮਨ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ, ਅਸੀਂ 100K ਕੰਪਲੀਟ ਹੋਏ ਹਾਂ। ਇੱਕੋ ਹੀ ਗੱਲ, ਇੱਕ ਤਾਂ ਉੱਪਰ ਵਾਹਿਗੁਰੂ ਦਾ ਸ਼ੁਕਰੀਆ ਤੇ ਆਪਣੇ ਵਿਊਅਰਸ ਦਾ ਬਹੁਤ ਬਹੁਤ ਥੈਂਕਸ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਸੱਚੀ ਤਹਿ ਦਿਲੋਂ ਸ਼ੁਕਰੀਆ ਯਾਰ। ਜਿੰਨੀ ਖੁਸ਼ੀ ਮਹਿਸੂਸ ਆਪਣੀ ਇੰਨੀ ਫੈਮਿਲੀ ਨੂੰ ਦੇਖ ਕੇ ਹੁੰਦਾ ਨਾ, ਤੁਸੀਂ ਵੱਧ ਤੋਂ ਵੱਧ ਹੋਰ ਸਬਸਕ੍ਰਾਈਬ ਕਰੋ ਤੇ ਅਸੀਂ ਜਲਦੀ ਜਲਦੀ ਇਸ ਫੈਮਿਲੀ ਨੂੰ ਹੋਰ ਵੱਡਾ ਕਰੀਏ ਤੇ ਸਾਰੀਆਂ ਖੁਸ਼ੀਆਂ ਤੁਹਾਡੇ ਨਾਲ ਬਣਾਈਏ ਯਾਰ, ਸਾਡਾ ਦਿਲ ਬਹੁਤ ਖੁਸ਼ ਹੁੰਦਾ। ਤੇ ਇਹ ਸੀਗੀ ਅੱਜ ਦੀ ਸਾਰੀ ਇਨਫੋਰਮੇਸ਼ਨ, ਕੱਲ੍ਹ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਥੈਂਕਸ ਫੋਰ ਵਾਚਿੰਗ।